ਇੱਕ ਮਾਂ ਆਪਣੇ ਇੱਕ ਪੁੱਤ ਨੂੰ ਲੈ ਕੇ ਸੁੱਤੀ ਪਈ ਆ, ਅੱਧੀ ਰਾਤ ਦਾ ਵਕਤ ਹੁੰਦਾ ਤੇ ਬੱਚੇ ਦੀ ਅੱਖ ਖੁੱਲ ਜਾਂਦੀ ਹੈ। ਉਹ ਬੱਚਾ ਕੀ ਵੇਖਦਾ ਹੈ ਕਿ ਕਮਰੇ 'ਚ ਇੱਕ ਅਜੀਬ ਜਿਹਾ ਬੰਦਾ ਖੜਾ ਹੈ। ਉਹ ਦੇਖ ਕੇ ਡਰ ਜਾਂਦਾ, ਡਰਦਾ ਡਰਦਾ ਉਹਨੂੰ ਪੁੱਛਦਾ, ਕਹਿੰਦਾ ਤੂੰ ਕੌਣ ਹੈ? ਅੱਗੋਂ ਆਵਾਜ਼ ਆਉਂਦੀ ਹੈ, ਮੈਂ ਮੌਤ ਦਾ ਫਰਿਸ਼ਤਾ, ਮੈਂ ਮੌਤ ਹਾਂ। ਮੌਤ ਕੀ ਕਰਨਾ ਹੈ? ਤੇਰੀ ਮਾਂ ਦੇ ਮਰਨ ਦਾ ਵਕਤ ਹੋ ਗਿਆ, ਇਹਨੂੰ ਲੈ ਕੇ ਜਾਣ ਲਈ ਆਇਆ। ਬੱਚਾ ਸੋਚਦਾ ਹੈ ਮੇਰੀ ਮਾਂ ਨੇ ਮਰ ਜਾਣਾ। ਆਪਣੀ ਮਾਂ ਦੇ ਮਰਨ ਦੀ ਗੱਲ ਸੋਚ ਕੇ ਬੱਚੇ ਦਾ ਕਲੇਜਾ ਜਿਹਾ ਬੈਠ ਗਿਆ, ਹੁਬਕੀ ਹੁਬਕੀ ਰੋਂਦਾ, ਭੁੱਬਾ ਮਾਰ ਮਾਰ ਕੇ ਰੋਂਦਾ। ਤੇ ਰੋਂਦਾ ਰੋਂਦਾ ਉਸ ਫਰਿਸ਼ਤੇ ਨੂੰ ਕਹਿੰਦਾ, ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ, ਹਾੜਾ ਰੱਬ ਦਾ ਵਾਸਤਾ ਮੇਰੀ ਮਾਂ ਨੂੰ ਨਾ ਲੈ ਕੇ ਜਾਵੀਂ, ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ। ਤੈਨੂੰ ਜਾਨ ਚਾਹੀਦੀ ਹੈ ਨਾ, ਜਾਨ ਦੇ ਬਦਲੇ ਜਾਨ ਦੇਣ ਨੂੰ ਤਿਆਰ ਹਾਂ, ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ, ਤੂੰ ਮੇਰੀ ਜਾਨ ਲੈ ਜਾ ਪਰ ਮੇਰੀ ਮਾਂ ਦੀ ਜਾਨ ਬਖਸ਼ ਦੇ। ਅੱਗੋਂ ਫਰਿਸ਼ਤਾ ਹੱਸ ਕੇ ਜਵਾਬ ਦਿੰਦਾ, ਕਹਿੰਦਾ ਪੁੱਤਰ ਤੂੰ ਕਿਹੜੇ ਸੌਦੇ ਦੀ ਗੱਲ ਕਰਦਾ ਹੈ? ਲੈਣ ਤੇ ਮੈਂ ਤੈਨੂੰ ਆਇਆ ਸੀ, ਤੇਰੀ ਮਾਂ ਨੇ ਸੌਦਾ ਤੇਰੇ ਨਾਲੋਂ ਪਹਿਲਾਂ ਕਰ ਲਿਆ। ਇਹ ਮਾਵਾਂ ਆਪਣੀਆਂ ਧੀਆਂ ਲਈ, ਆਪਣੇ ਪੁੱਤਰਾਂ ਲਈ ਜ਼ਿੰਦਗੀ ਔਰ ਮੌਤ ਦੇ ਸੌਦੇ ਪਹਿਲਾਂ ਕਰ ਲੈਂਦੀਆਂ ਸਨ। ਇਸ ਦੁਨੀਆ ਤੋਂ ਕਿਸੇ ਦੇ ਮਾਂ ਬਾਪ ਨਾਰਾਜ਼ ਨਹੀਂ ਜਾਣੇ ਚਾਹੀਦੇ। ਜੇ ਪਿਓ ਨਾਰਾਜ਼ ਹੋ ਗਿਆ ਤੇ ਸਮਝੋ ਜੰਨਤ ਦਾ ਦਰਵਾਜ਼ਾ ਬੰਦ, ਜੇ ਮਾਂ ਨਾਰਾਜ਼ ਹੋ ਗਈ ਤੇ ਸਮਝੋ ਜੰਨਤ ਬੰਦ। ਜਿਉਂਦੇ ਜੀ ਮਨਾ ਲਓ। ਤੇ ਵੀਰੇ ਜਦੋਂ ਦੁਨੀਆ ਤੋਂ ਚਲੇ ਗਏ ਨਾ, ਫਿਰ ਬਾਅਦ ਦੇ ਵਿੱਚ ਐਵੇਂ ਗੁਆਂਢੀਆਂ ਨੂੰ ਜਲੇਬੀਆਂ ਖਿਲਾਉਣ ਦਾ ਕੀ ਫਾਇਦਾ? ਫਿਰ ਪਨੀਰ ਵੀ ਪਾ ਲਓ ਤੇ ਰਾਈਸ ਵੀ ਬਣਾ ਲਓ, ਦਾਲ ਵੀ ਜ਼ਰੂਰੀ ਚਾਹੀਦੀ ਹੈ, ਸੈਲਡ ਵੀ ਜ਼ਰੂਰੀ ਚਾਹੀਦਾ। ਬਾਪੂ ਨੇ ਕਮਾਇਆ ਬਹੁਤ ਕੁਛ ਸੀਗਾ ਤੇ ਜਿਉਂਦੇ ਜੀ ਬਾਪੂ ਨੂੰ ਪਾਣੀ ਦਾ ਗਲਾਸ ਨਸੀਬ ਨਹੀਂ ਹੋਇਆ, ਤੇ ਬਾਅਦ ਦੇ ਵਿੱਚ ਗੁਆਂਢੀਆਂ ਨੂੰ ਜਲੇਬੀਆਂ। ਮਾਂ ਵਿਛੜ ਰਹੀ ਹੈ, ਜਾਂਦੀ ਮਾਂ ਨੂੰ ਚਿੰਬੜਦਾ। ਔਰ ਮਾਂ ਜਦੋਂ ਦੁਨੀਆਂ ਤੋਂ ਜਾਂਦੀ ਹੈ ਨਾ, ਤੇ ਨਲਾਇਕ ਪੁੱਤ ਨੂੰ ਇੱਕ ਨਸੀਹਤ ਕਰਦੀ ਹੈ। ਜਿਹੜੇ ਨਲਾਇਕ ਹੁੰਦੇ, ਮਾਂ ਕਹਿੰਦੀ ਜ਼ਿੰਦਗੀ ਪਿਆਰ ਨੂੰ ਰੱਬਤ ਕੋ ਤਰਸ ਜਾਓਗੇ, ਤੂੰ ਮੇਰੇ ਬਾਅਦ ਮੁਹੱਬਤ ਕੋ ਤਰਸ ਜਾਓਗੇ। ਇਹ ਵੀ ਤੈਅ ਹੈ ਕਿ ਬਹੁਤ ਲੋਕ ਮਿਲੇਂਗੇ ਤੁਝਕੋ, ਇਹ ਵੀ ਤੈਅ ਹੈ ਕਿ ਮੇਰੀ ਸੂਰਤ ਕੋ ਤਰਸ ਜਾਓਗੇ। ਅੱਛੇ ਇਖਲਾਕ ਬਣਾ ਕਰਕੇ ਰੱਖਣਾ ਲੋਗੋ ਸੇ, ਵਰਨਾ ਲੋਗੋ ਕੀ ਸ਼ਰਾਫਤ ਕੋ ਤਰਸ ਜਾਓਗੇ। ਮਾਂ ਕੋ ਹਰ ਹਾਲ ਮੇ ਖੁਸ਼ ਰੱਖਣੇ ਕੀ ਆਦਤ ਡਾਲੋ, ਮਾਂ ਕਾ ਦਿਲ ਟੂਟਾ ਤੋ ਜੰਨਤ ਕੋ ਤਰਸ ਜਾਓਗੇ। ਨੀ ਮਾਂ ਮੇਰੀ ਆਵੇਗੀ ਕੇ ਕਮਲੀ ਵਾਲੜਿਆ ਕਰਮ ਕਮਾਵੀ, ਕਮਲੀ ਵਾਲੜਿਆ।
दुख रो रो सुना मां तेरे तरले पावां ਸਬਸਕ੍ਰਾਈਬ ਕਰੋ ਐਮ ਐਸ ਲਾਈਵ ਟੀ ਵੀ ਚੈਨਲ ਨੂੰ ਅਤੇ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਬੈੱਲ ਦੇ ਆਈਕਨ 'ਤੇ ਕਲਿੱਕ ਕਰੋ।